ਸਤਿ ਸ੍ਰੀ ਅਕਾਲ ਦੋਸਤੋ ਮੈਂ ਥੋੜਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਅਜ ਪੋਲਿਟੀਕਲ ਸਾਇੰਸ ਦਾ ਪਾਰਟ ਨੰਬਰ 6 ਪਾਰਟੀ ਲੋਕਤੰਤਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਡਿਸਕਸ ਕਰ ਜਾ ਰਹੇ ਹਾਂ ਤਾਂ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰੋ ਤੋ ਫਰੈਂਡਸ ਇਸ ਤੋਂ ਪਹਿਲਾਂ ਅਸੀਂ ਇਸ ਪੋਲੀਟੀਕਲ ਸਾਇੰਸ ਟੌਪਿਕ 1 ਤੋਂ ਲੈ ਕੇ 6 5 ਤੱਕ ਡਿਸਕਸ ਕਰ ਚੁੱਕੇ ਹਾਂ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਜਾਂ ਤੁਸੀਂ ਇਸ ਚੈਨਲ ਦੀ ਪਲੇਲਿਸਟ ਜਾ ਕੇ ਵੀਡੀਓ ਦੇਖ ਸਕਦੇ ਹੋ ਤੁਸੀਂ ਇਸੇ ਨਾਲ ਹੀ ਸ਼ੁਰੂ ਕਰਦੇ ਹਾਂ ਪੋਲੀਟੀਕਲ ਸਾਇੰਸ ਪਾਰਟ ਨੰਬਰ 6 파ਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਜਿਸ ਦਾ ਫਰਸਟ ਕੁਐਸਚਨ ਹੈ ਦੋ ਰਾਸ਼ਟਰਾਂ ਦਾ ਸਿਧਾਂਤ ਭਾਰਤ ਦੀ ਸੁਤੰਤਰਤਾ ਤੋਂ ਪਹਿਲਾਂ ਕਿਹੜੇ ਨੇਤਾ ਨੇ ਦਿੱਤਾ ਸੀ ਪੰਡਿਤ ਜਵਾਲਲਾਲ ਨਹਿਰੂ ਮਹਾਤਮਾ ਗਾਂਧੀ ਲਿਆਕਤ ਅਲੀ ਮੁਹੰਮਦ ਅਲੀ ਜਨਾਹ ਈਜ਼ ਆ ਰਾਈਟ ਆਨਸਰ ਹੈ ਜੀ ਮੁਹੰਮਦ ਅਲੀ ਜਨਾਹ ਨੈਕਸਟ ਕੁਐਸਚਨ ਹੈ 1947 ਵਿੱਚ ਭਾਰਤ ਦੀ ਦੋ ਦੇਸ਼ਾਂ ਵਿੱਚ ਵੰਡ ਕਿਸ ਆਧਾਰ ਤੇ ਹੋਈ ਸੀ ਭਾਸ਼ਾ ਇਹ ਧਾਰਤੀ ਜਾਤੀਵਾਦ ਦੇ ਆਧਾਰ ਤੇ ਸੰਪਰਦਾਇਕਤਾ ਦੇ ਆਧਾਰ ਤੇ ਜਾਂ ਆਰਥਿਕ ਤੱਤ ਦੇ ਆਧਾਰ ਤੇ ਇਜ਼ ਦਾ ਰਾਈਟ ਆਨਸਰ ਹੈ ਜੀ ਸੰਪਰਦਾਇਕਤਾ ਦੇ ਆਧਾਰ ਤੇ ਨੈਕਸਟ ਪ੍ਰਸ਼ਨ ਹੈ ਦੋ ਰਾਸ਼ਟਰਾਂ ਦਾ ਪਾਪ ਅਰਥ ਕੀ ਦੱਸਿਆ ਗਿਆ ਸੀ ਭਾਰਤ ਵਿੱਚ ਇੱਕ ਰਾਸ਼ਟਰ ਵਸਦਾ ਹੈ ਭਾਰਤ ਵਿੱਚ अनेका ਰਾਸ਼ਟਾ ਦੇ ਲੋਕ ਵਸਦੇ ਹਨ ਭਾਰਤ ਵਿੱਚ ਕੇਵਲ ਮੁਸਲਿਮ ਰਾਸ਼ਟਰ ਵਸਦਾ ਹੈ ਭਾਰਤ ਵਿੱਚ ਮੁਸਲਿਮ ਰਾਸ਼ਟ ਅਤੇ ਹਿੰਦੂ ਰਾਸ਼ਟ ਵਸਦੇ ਹਨ। ਇਜ਼ ਦਾ ਰਾਈਟ ਆਨਸਰ ਹੈ ਕਿ ਭਾਰਤ ਵਿੱਚ ਮੁਸਲਿਮ ਰਾਸ਼ਟ ਅਤੇ ਹਿੰਦੂ ਰਾਸ਼ਟ ਵਸਦੇ ਹਨ। ਨੈਕਸਟ ਕੁਐਸਚਨ ਹੈ ਭਾਰਤੀ ਸੰਘ ਦੇ ਰਾਜਾਂ ਦਾ ਪੁਨਾ ਗਠਨ ਕੀਤਾ ਗਿਆ ਧਰਮ ਦੇ ਆਧਾਰ ਤੇ ਖੇਤਰ ਦੇ ਆਧਾਰ ਤੇ ਸਮਪਰਦਾਇਕਤਾ ਦੇ ਆਧਾਰ ਤੇ ਪਾਸ਼ਾ ਦੇ ਆਧਾਰ ਤੇ। ਇਜ਼ ਦਾ ਰਾਈਟ ਆਨਸਰ ਹੈ ਜੀ ਪਾਸ਼ਾ ਦੇ ਆਧਾਰ ਤੇ ਭਾਰਤੀ ਲੋਕਤੰਤਰ ਲਈ ਕਿਹੜੀ ਚੁਣੌਤੀ ਨਹੀਂ ਹੈ ਭਾਰਤੀ ਲੋਕਤੰਤਰ ਲਈ ਕਿਹੜੀ ਚੁਣੌਤੀ ਨਹੀਂ ਹੈ ਅਲਗਵਾਦ ਰਾਜਨੀਤਿਕ ਹਿੱਸਾ ਧਾਰਮਿਕ ਸਮਰਪਦਾਇਕਤਾ ਸੰਗਾਤਮਕ ਸ਼ਾਸਨ ਪ੍ਰਣਾਲੀ ਇਸ ਅ ਰਾਈਟ ਆਨਸਰ ਹੈ ਜੀ ਸੰਗਾਤਮਕ ਸ਼ਾਸਨ ਪ੍ਰਣਾਲੀ ਨੈਕਸਟ ਹੈ ਖਾਲੀ ਥਾਂਵਾਂ ਪਰੋ ਸਮਾਜਿਕ ਅਸਮਾਨਤਾ ਸਮਾਜਿਕ ਤੌਰ ਤੇ ਦੱਬੇ ਹੋਏ ਲੋਕਾਂ ਅੰਦਰ ਡੈਸ਼ ਉਦਾਸੀਨਤਾ ਪੈਦਾ ਕਰਦੀ ਹੈ ਰਾਜਨੀਤਿਕ ਉਦਾਸੀਨਤਾ ਪੈਦਾ ਕਰਦੀ ਹੈ ਡੈਸ਼ ਭਾਰਤ ਲਈ ਸਭ ਤੋਂ ਵੱਡੀ ਖਤਰਨਾਕ ਸਮੱਸਿਆ ਹੈ ਸੰਪਰਦਾਇਕਤਾ ਭਾਰਤ ਲਈ ਸਭ ਤੋਂ ਵੱਡੀ ਖਤਰਨਾਕ ਸਮੱਸਿਆ ਹੈ 1947 ਮਗਰੋਂ ਡੈਸ਼ ਦਾ ਪਤਨ ਹੋਇਆ ਰਾਸ਼ਟਰੀਅਤਾ ਦੀ ਭਾਵਨਾ ਦਾ ਪਤਨ ਹੋਇਆ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਡੈਸ਼ ਸਮਰਪਦਾਇਕਤਾ ਦੀ ਗੰਭੀਰ ਸਮੱਸਿਆ ਦਾ ਚਿੰਨ ਹੈ ਫਿਰਕੂ ਦੰਗੇ ਧਰਮ ਦੇ ਆਧਾਰ ਤੇ ਡੈਸ਼ ਦੀ ਹੋਣ ਸਮਰਪਦਾਇਤਾ ਨੂੰ ਬੜਾਵਾ ਦਿੰਦੀ ਹੈ ਰਾਜਨੀਤਿਕ ਦਲਾਂ ਦੀ ਹੋਣ ਉਸ ਤੋਂ ਬਾਅਦ ਹੈ ਜੀ ਸਹੀ ਗਲਤ ਪ੍ਰਸ਼ਨ ਭਾਰਤੀ ਲੋਕਤੰਤਰ ਨੂੰ ਕੋਈ ਗੰਭੀਰ ਸਮੱਸਿਆ ਜਾਂ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਇਹ ਗਲਤ ਪ੍ਰਸ਼ਨ ਹੈ ਜੀ ਨੈਕਸਟ ਕੁਐਸਚਨ ਹੈ ਅਨਪੜਤਾ ਭਾਰਤੀ ਲੋਕਤੰਤਰ ਤੇ ਕੋਈ ਮੰਦਾ ਪ੍ਰਭਾਵ ਨਹੀਂ ਪਾਉਂਦੀ ਗਲਤ ਹੈ ਬਿਲਕੁਲ ਪਾਉਂਦੀ ਹੈ ਜੀ ਨੈਕਸਟ ਕੁਐਸਚਨ ਹੈ ਭਾਰਤ ਵਿੱਚ 2011 ਦੀ ਜਨਗਣਨਾ ਅਨੁਸਾਰ ਸੱਖਸ਼ਤਾ ਦੀ ਦਰ 74.5% ਹੋ ਗਈ ਬਿਲਕੁਲ ਠੀਕ ਪ੍ਰਸ਼ਨ ਹੈ ਭਾਰਤ ਵਿੱਚ ਖੇਤਰਵਾਦੀ ਭਾਵਨਾ ਨੇ ਖੇਤਰੀ ਰਾਜਨੀਤਿਕ ਦਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਬਿਲਕੁਲ ਠੀਕ ਪ੍ਰਸ਼ਨ ਹੈ ਸੰਪਰਦਾਇਕਤਾ ਭਾਰਤੀ ਲੋਕਤੰਤਰ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ ਬਿਲਕੁਲ ਠੀਕ ਪ੍ਰਸ਼ਨ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਮੈਚ ਅਪ ਸਹੀ ਮਿਲਾਨ ਰਾਸ਼ਟਰੀ ਏਕੀਕਰਨ ਨੂੰ ਕਿੰਨੇ ਹੈ ਜੀ ਜਾਤੀਵਾਦ ਸੰਪਰਦਾਇਕਤਾ ਫਿਰਕੂ ਦੰਗੇ ਸਮਾਜਿਕ ਅਸਮਾਨਤਾ ਸਮਾਜਿਕ ਤਣਾਅ ਉਸਤਵਾਦ ਅਨ ਲੋਕਤੰਤਰੀ ਜਾਤੀ ਜਾਂ ਧਰਮ ਦੇ ਆਧਾਰ ਤੇ ਰਾਜਨੀਤਿਕ ਦਲਾਂ ਦਾ ਨਿਰਮਾਣ ਸਮਾਜਿਕ ਸਮਾਨਤਾ ਮਨੁੱਖ ਦਾ ਸ਼ੋਸ਼ਣ ਆਰਥਿਕ ਅਸਮਾਨਤਾ ਕਮਜ਼ੋਰ ਵਰਗਾਂ ਨਾਲ ਵਿਤਕਰਾ ਵੱਧਦੀ ਜਨਸੰਖਿਆ ਗਰੀਬੀ ਬੇਰੁਜ਼ਗਾਰੀ ਅਨਪੜਤਾ ਵਰਗੀ ਸਮੱਸਿਆਵਾਂ ਦਾ ਪੈਦਾ ਹੋਣਾ 2000 ਦੀ ਜਨਗਣਨਾ ਵਿੱਚ 74.5% ਸਾਖਰਤਾ ਦਰ ਉਸ ਤੋਂ ਬਾਅਦ ਆਗੇ ਜੀ ਛੋਟੇ ਉਤਰਾਵਾਂ ਵਾਲੇ ਪ੍ਰਸ਼ਨ ਅਤਵਾਦੀ ਹਿੰਸਾ ਕਿਸ ਨੂੰ ਆਖਦੇ ਹਨ ਅਤਵਾਦੀਆਂ ਦੁਆਰਾ ਕੀਤੀ ਜਾਣ ਵਾਲੀ ਹਿੰਸਾ ਨੂੰ ਅਤਵਾਦੀ ਹਿੰਸਾ ਕਹਿੰਦੇ ਹਨ ਭਾਰਤੀ ਲੋਕਤੰਤਰ ਉੱਤੇ ਹਿੰਸਾ ਦਾ ਕੋਈ ਪ੍ਰਭਾਵ ਲਿਖੋ ਹਿੰਸਾ ਦੇ ਕਾਰਨ ਵੋਟਰ ਆਪਣੀ ਵੋਟ ਦਾ ਉਚਿਤ ਢੰਗ ਨਾਲ ਪ੍ਰਯੋਗ ਨਹੀਂ ਕਰ ਸਕਦੇ ਨੈਕਸਟ ਕੁਸਚਨ ਹੈ ਡੀ ਐਮ ਕੇ ਦਾ ਸਬੰਧ ਕਿਸ ਰਾਜ ਦੇ ਨਾਲ ਹੈ ਡੀ ਐਮ ਕੇ ਦਾ ਸਬੰਧ ਤਮਿਲਨਾਡੂ ਦੇ ਨਾਲ ਹੈ ਹਿੰਸਾ ਦੇ ਕੋਈ ਦੋ ਰੂਪ ਲਿਖੋ ਪਹਿਲਾ ਆ ਗਿਆ ਜੀ ਰਾਜਨੀਤਿਕ ਹਿੰਸਾ ਉਸ ਤੋਂ ਬਾਅਦ ਦੂਸਰਾ ਨੰਬਰ ਆ ਗਿਆ ਸਮਪਰਦਾਇਕਤਾ ਹਿੱਸਾ ਕੀ ਭਾਰਤ ਵਿੱਚ ਅਤਵਾਦੀ ਹਿੰਸਾ ਪਾਈ ਜਾਂਦੀ ਹੈ ਹਾਂ ਭਾਰਤ ਵਿੱਚ ਅਤਵਾਦੀ ਹਿੰਸਾ ਪਾਈ ਜਾਂਦੀ ਹੈ ਨੈਕਸਟ ਟੋਪਿਕ ਹੈ ਜੀ ਸਥਾਨਕ ਲੋਕਤੰਤਰ ਪੰਚਾਇਤੀ ਰਾਜ ਫਸਟ ਪ੍ਰਸ਼ਨ ਹੈ ਭਾਰਤ ਵਿੱਚ ਪੰਚਾਇਤੀ ਰਾਜ ਦਾ ਆਗਮਨ ਹੋਇਆ ਸੀ 15 ਅਗਸਤ 1947 26 ਜਨਵਰੀ 1950 2 ਅਕਤੂਬਰ 1959 25 ਜੂਨ 1975 ਇਸ ਦਾ ਰਾਈਟ ਆਨਸਰ ਹੈ ਜੀ 2 ਅਕਤੂਬਰ 1959 ਨੂੰ ਭਾਰਤ ਵਿੱਚ ਪੰਚਾਇਤੀ ਰਾਜ ਦਾ ਆਗਮਨ ਹੋਇਆ ਸੀ ਨੈਕਸਟ ਪ੍ਰਸ਼ਨ ਹੈ ਪ੍ਰਾਚੀਨ ਭਾਰਤ ਵਿੱਚ ਪੰਚਾਇਤਾਂ ਨੂੰ ਜਾਣਿਆ ਜਾਂਦਾ ਸੀ ਸਥਾਨਿਕ ਸੰਸਥਾਵਾਂ ਦੇ ਨਾਂ ਲिटल ਰਿਪਬਲਿਕਨ ਦੇ ਨਾਂ ਜਾਂ ਸਵੇ ਸ਼ਾਸਨ ਦੀਆਂ ਸੰਸਥਾਵਾਂ ਤੋਂ ਜਾਂ ਲੋਕਾਂ ਦੀਆਂ ਸੰਸਥਾਵਾਂ ਦੇ ਨਾਂ ਤੋਂ ਇਹਦਾ ਰਾਈਟ ਆਨਸਰ ਹੈ ਜੀ ਲिटल ਰਿਪਬਲਿਕਨ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਨੈਕਸਟ ਕੁਐਸਚਨ ਹੈ ਸੁਤੰਤਰ ਭਾਰਤ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਲਾਗੂ ਕੀਤੀ ਗਈ ਸੀ ਅਸ਼ੋਕ ਮਹਿਤਾ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਬਲਵੰਤ رائے ਮਹਿਤਾ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਸਰਭਾਰਤੀ ਦਲਾਂ ਦੁਆਰਾ ਸਥਾਪਿਤ ਨਹਿਰੂ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਜਾਂ ਭਾਰਤ ਸਰਕਾਰ ਦੁਆਰਾ ਜਸਟਿਸ ਵਕਟ ਚਾਲੀਆ ਦੀ ਅਗਵਾਈ ਅਧੀਨ ਬਣਾਈ ਗਈ ਸੰਪਤੀ ਸਿਫਾਰਸ਼ਾਂ ਦੇ ਆਧਾਰ ਤੇ ਤੁਸੀਂ ਸਹੀ ਆਨਸਰ ਹੈ ਜੀ ਬਲਵੰਤ ਰਾਏ ਮਹਿਤਾ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਸੁਤੰਤਰ ਭਾਰਤ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਲਾਗੂ ਕੀਤੀ ਗਈ ਨੈਕਸਟ ਕੁਐਸਚਨ ਹੈ ਜੀ ਭਾਰਤ ਦੇ ਕਿਹੜੇ ਰਾਜ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਸਥਾਪਿਤ ਕੀਤਾ ਗਿਆ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਦੇ ਵਿੱਚ ਉੱਤਰ ਪ੍ਰਦੇਸ਼ ਸਿਰਾਜ ਦੇ ਵਿੱਚ ਰਾਜਸਥਾਨ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਇਸ ਰਾਈਟ ਆਨਸਰ ਹੈ ਜੀ ਰਾਜਸਥਾਨ ਰਾਜ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਭਾਰਤ ਵਿੱਚ ਪੰਚਾਇਤਾਂ ਨੂੰ ਸੰਵਿਧਾਨਿਕ ਮਾਨਤਾ ਸੰਸਦ ਨੇ ਕਿਹੜੀ ਸੰਵਿਧਾਨਿਕ ਸੋਧ ਅਤੇ ਕਦੋਂ ਪਾਸ ਕਰਕੇ ਦਿੱਤੀ ਸੀ ਭਵੰਜਵੀਂ ਸੰਵਿਧਾਨਿਕ ਸੋਧ 1985 ਵਿੱਚ ਜਾਂ 1990 ਦੇ ਵਿੱਚ ਜਾਂ 1991 ਵਿੱਚ ਜਾਂ 1992 ਵਿੱਚ ਇਸ ਦਾ ਰਾਈਟ ਆਨਸਰ ਹੈ 73ਵੀਂ ਸੰਵਿਧਾਨਿਕ ਸੋਧ 1992 ਦੇ ਵਿੱਚ ਪੰਚਾਇਤਾਂ ਨੂੰ ਸੰਵਿਧਾਨਿਕ ਮਾਨਤਾ ਸੰਸਦ ਨੇ ਸੋਧ ਅਤੇ ਪਾਸ 1992 ਵਿੱਚ ਕੀਤੀ 73ਵੀਂ ਸੰਵਿਧਾਨਿਕ ਸੋਧ 1992 ਦੇ ਵਿੱਚ ਨੈਕਸਟ ਪ੍ਰਸ਼ਨ ਹੈ ਜੀ ਪੰਚਾਇਤਾਂ ਪੂਰਨਾਤਮਕ ਪੁਰਾਤਨ ਸਮੇਂ ਵਿ ਡੈਸ਼ ਵਿੱਚ ਹੁੰਦੀਆਂ ਹਨ ਭਾਰਤ ਵਿੱਚ ਹੁੰਦੀਆਂ ਹਨ ਸੁਤੰਤਰ ਭਾਰਤ ਵਿੱਚ ਪੰਚਾਇਤੀ ਰਾਜ ਦਾ ਆਗਮਨ ਡੈਸ਼ ਰਾਜਸਥਾਨ ਰਾਜ ਤੋਂ ਹੋਇਆ 2 ਅਕਤੂਬਰ 1959 1992 ਵਿੱਚ 73ਵੀਂ ਸੰਵਿਧਾਨਿਕ ਸੋਧ ਪਾਸ ਹੋਣ ਤੋਂ ਪਹਿਲਾਂ ਸਥਾਨਿਕ ਪੱਧਰ ਤੇ ਪਿੰਡੂ ਸਵੇ ਸ਼ਾਸਨ ਨੂੰ ਡੈਸ਼ ਮਾਨਤਾ ਨਹੀਂ ਸੀ ਸੰਵਿਧਾਨਿਕ ਮਾਨਤਾ ਨਹੀਂ ਸੀ ਉਸ ਤੋਂ ਬਾਅਦ ਹੈ ਜੀ 11ਵੀਂ ਅਨੁਸੂਚੀ ਵਿੱਚ ਉਹ ਡੈਸ਼ ਅੰਕਿਤ ਹਨ ਜਿਨ੍ਹਾਂ ਸੰਬੰਧੀ ਪੰਚਾਇਤਾਂ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਹਨ ਇਸ ਦਾ ਉੱਤਰ ਹੈ ਜੀ ਵਿਸ਼ੇ ਉਸਤਵਾਦ ਹੈ ਜੀ ਠੀਕ ਜਾਂ ਗਲਤ ਪ੍ਰਸ਼ਨ ਭਾਰਤ ਵਿੱਚ ਪੰਚਾਇਤੀ ਰਾਜ ਨੂੰ ਹੀਟਲੇ ਪੱਧਰ ਦਾ ਲੋਕਤੰਤਰ ਕਿਹਾ ਜਾਂਦਾ ਹੈ ਬਿਲਕੁਲ ਠੀਕ ਪ੍ਰਸ਼ਨ ਹੈ ਭਾਰਤ ਵਿੱਚ ਹੀਟਲੇ ਪੱਧਰ ਦੇ ਲੋਕਤੰਤਰ ਨੂੰ ਸੰਵਿਧਾਨਿਕ ਮਾਨਤਾ ਪ੍ਰਾਪਤ ਨਹੀਂ ਹੈ ਇਹ ਗਲਤ ਹੈ ਜੀ ਪ੍ਰਾਚੀਨ ਭਾਰਤ ਵਿੱਚ ਪ੍ਰਾਚੀਨ ਭਾਰਤ ਵਿੱਚ ਪੰਚਾਇਤੀ ਰਾਜ ਵਰਗੀਆਂ ਸੰਸਥਾਵਾਂ ਦੀ ਹੋਂਦ ਨਹੀਂ ਸੀ ਇਹ ਵੀ ਗਲਤ ਹੈ ਜੀ ਪਾਰਤ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਵਿਵਸਥਾ ਕਰਨ ਲਈ 74ਵੀਂ ਸੰਵਿਧਾਨਿਕ ਸੋਧ 1992 ਵਿੱਚ ਪਾਸ ਕੀਤੀ ਗਈ ਬਿਲਕੁਲ ਠੀਕ ਪ੍ਰਸ਼ਨ ਹੈ ਔਰ 73ਵੀਂ ਸੰਵਿਧਾਨਿਕ ਸੋਧ ਨੇ ਪੰਚਾਇਤੀ ਰਾਜ ਦੀਆਂ ਸੰਸਥਾਵਾਂ ਦੀ ਚੋਣ ਕਰਵਾਉਣ ਲਈ ਹਰ ਇੱਕ ਰਾਜ ਵਿੱਚ ਚੋਣ ਅਯੋਗ ਦੀ ਵਿਵਸਥਾ ਵੀ ਕੀਤੀ ਇਹ ਵੀ ਬਿਲਕੁਲ ਠੀਕ ਪ੍ਰਸ਼ਨ ਹੈ ਉਸ ਤੋਂ ਬਾਅਦ ਹੈ ਸਹੀ ਮਿਲਾਨ ਕਰੋ ਚੋਣ ਅਯੋਗ 73ਵੀਂ ਸੰਵਿਧਾਨਿਕ ਸੋਧ ਵਿੱਚ ਕੀਤਾ ਗਿਆ ਪੰਚਾਇਤੀ ਸ਼ਕਤੀਆਂ 11ਵੀਂ ਅਨੁਸੂਚੀ ਦੇ ਅਨੁਸਾਰ ਭਾਰਤ ਵਿੱਚ ਪੰਚਾਇਤਾਂ ਦਾ ਆਗਮਨ 2 ਅਕਤੂਬਰ 1959 ਵਿੱਚ ਭਾਰਤ ਵਿੱਚ ਪੰਚਾਇਤਾਂ ਨੂੰ ਸੰਵਿਧਾਨਿਕ ਮਾਨਤਾ 73ਵੀਂ ਸੰਵਿਧਾਨਿਕ ਸੋਧ 1992 ਦੇ ਵਿੱਚ ਗ੍ਰਾਮ ਪੰਚਾਇਤਾਂ ਦੀ ਚੋਣ ਲੜਨ ਲਈ ਘੱਟੋ-ਘੱਟ ਉਮਰ ਜੀ 21 ਸਾਲ ਔਰ ਵੋਟਰ ਬਣਨ ਦੀ ਇਸ ਦਾ ਉਮਰ ਹੈ ਜੀ 18 ਸਾਲ ਉਸ ਤੋਂ ਬਾਅਦ ਹੈ ਛੋਟੇ ਉਤਰਾਂ ਵਾਲੇ ਪ੍ਰਸ਼ਨ ਭਾਰਤ ਵਿੱਚ ਵੋਟਰ ਬਣਨ ਲਈ ਘੱਟੋ-ਘੱਟ ਕਿੰਨੀ ਉਮਰ ਗਠਿਤ ਕੀਤੀ ਗਈ ਹੈ 18 ਸਾਲ ಗ್ರಾಮ ਪੰਚਾਇਤ ਦੀ ਚੋਣ ਲੜਨ ਲਈ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਇਸ ਦਾ ਜੀ 21 ਸਾਲ ਪੰਚਾਇਤੀ ਰਾਜ ਪ੍ਰਣਾਲੀ ਦਾ ਢਾਂਚਾ ਕਿਹੜੀ ਸਮਿਤੀ ਦੀਆਂ ਸਿਫਾਰਸ਼ਾਂ ਉੱਤੇ ਅਧਾਰਿਤ ਕੀਤਾ ਬਲਵੰਤ رائے ਮਹਿਤਾ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਪੰਚਾਇਤੀ ਰਾਜ ਨਾਲ ਸੰਬੰਧਿਤ 73ਵਾਂ ਸੰਵਿਧਾਨਿਕ ਸੰਸ਼ੋਧਨ ਕੋਦੋ ਲਾਗੂ ਹੋਇਆ ਪੰਚਾਇਤੀ ਰਾਜ ਨਾਲ ਸੰਬੰਧਨ 73ਵਾਂ ਸੰਵਿਧਾਨਿਕ ਸੰਸ਼ੋਧਨ 1993 ਵਿੱਚ ਲਾਗੂ ਹੋਇਆ ਸੀ ਬਲਵੰਤ رائے ਮਹਿਤਾ ਸੰਮਤੀ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਕਿੰਨੇ ਪੱਧਰੀ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਸੀ ਇਸ ਦਾ ਉੱਤਰ ਹੈ ਤਿੰਨ ਪੱਧਰੀ ਪੰਚਾਇਤੀ ਰਾਜ ਦੀ ਵਿਵਸਥਾ ਕਿੱਤੀ ਗਈ ਸੀ। ਤੋਂ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ। ਜੈ